मामला लुधियाने के पिंड कनेच का है, जिथे प्यार के चक्कर लड़के की मौत हो जाने का मामला सामने आया है। उधर पीड़ित परिवार ने लड़की के परिवार के मरण के दोष लगाए ने। पीड़ित परिवार वालों लुधियाना च पत्रकार गलबात करते दौरान प्यार के चक्कर लड़के की मौत की गल की पुष्टि की है। उन्होंने कहा कि लड़की के परिवार वालों धमकियां दित्तियां जा रही सी, जिसके चलदियां उन्होंने लड़के की लाश पटड़ी तो मिली है। उन्होंने कहा कि पुलिस को भी सूचित किया गया है, पर पुलिस वालों हाले तक कोई भी कार्रवाई नहीं की गई, जिसके चलदियां उन्होंने इंसाफ की मांग की है। ਕੁੜੀ 8 ਤਰੀਕ ਨੂੰ ਸਾਡੇ ਘਰੇ ਆਈ ਆ, ਮੀਂਹ ਬਹੁਤ ਪੈਂਦਾ ਸੀ ਮੁੰਡੇ ਦੇ ਨਾਲ। ਦੇਖੋ ਜੀ ਮੈਂ ਉਹਨੂੰ ਛੱਡ ਕੇ ਜਮਾ ਪੁੱਤ, ਇਹ ਕੰਮ ਨਹੀਂ ਚੱਲਣਾ। ਫਿਰ ਉਹ ਮੈਨੂੰ ਕਹਿੰਦੀ ਆ ਕਿ ਮੇਰੇ ਕਹਿੰਦੀ ਸਿੱਧੀਓ ਚੱਕ ਗਈ ਆ। ਹਾਂ ਹੁਣ ਕਹਿਣਾ ਨਹੀਂ, ਮਾਂ ਤੂੰ ਉਹ ਤਾਂ ਬੋਲ ਲੱਗਾ ਜੀ ਸਾਡੀ ਨਹੀਂ ਚਾਹ ਦੇਣੀ। ਮਾਂ ਤੂੰ ਸਾਡੀ ਧੀ ਆ, ਆਪਾਂ ਇੱਕ ਘਰ ਦੇ ਆ। ਮੈਂ ਉਹਨੂੰ ਆਪ ਛੱਡ ਕੇ ਆਇਆ, ਉਹਨਾਂ ਨੇ ਕਿਤੇ ਕੁੱਟੀ ਮਾਰੀ ਹੋਣੀ ਆ। ਫਿਰ 11 ਤਰੀਕ ਨੂੰ ਮੁੰਡੇ ਨੇ ਕੰਮ ਤੇ ਜਾਂਦਾ, ਦੋ ਦਿਨ ਕੰਮ ਤੇ ਗਿਆ। 11 तरीक मुंडे ने 6:30 अंदर फैक्ट्री कंगारू फैक्ट्री लग्या होया, ओनू फोन करिया बाहर सद्या। बाहर सद के कहंदी मैं आउनी आ, भी तू आ जा। मुंडा उत्थे गेड़े कढ़ी गया। फिर मुंडे ने बंदे मगर लगे हुए ने, घरे भी आउणगे। फिर वो साडे घरे गए, असीं करी गए फोन, कट्टी गए ने। जन वो मां पुत आए साडे घरे, सानू गड्डी च पा लिया। जन उधर कम हो गया, फिर नहीं फोन छड्डे। आप चाहीदा मेरे पुत दा, नौजवान मेरा पुत। 8 तरीक नूं कुड़ी साडे घरे आई, मैं उहनूं आप छड्ड के आई आं। घरे जाके उन्होंने कुट्टी दबकी होनी आ। मैं दूए दिन ते कुड़ी केड़ी है, कुड़ी भी कुंवारी होई आ। कोई इन्हां दा लव चलदा सी? हां जी हां जी। ਮੈਂ ਉਹਨਾਂ ਦੇ ਘਰੇ ਅਲਾਂਬਾ ਦੇ ਕੇ ਆਈ, ਉਹਦੀ ਮਾਸੀ ਨੂੰ ਦੁਕਾਨ ਦੇ ਵਿੱਚ। ਉਹਦੀ ਪਾਰਲਰ ਦੀ ਦੁਕਾਨ ਕਰੀ ਹੋਈ ਆ, ਮੈਂ ਪਾਰਲਰ 'ਚ ਅਲਾਂਬਾ ਉਹਦੀ ਮਾਸੀ ਨੂੰ ਦਿਆਈ। ਮਾਸੀ ਨੇ ਸ਼ਾਮ ਨੂੰ ਜਾ ਕੇ ਘਰੇ ਗੱਲ ਕਰੀ ਹੋਣੀ ਆ। ਉਹਨੇ ਕੁੜੀ ਨੇ ਮੁੰਡੇ ਨੂੰ ਫੋਨ ਕਰਦਾ, ਕਹਿੰਦੀ ਤੇਰੀ ਕੀ ਨਾਮ ਹੁੰਦਾ ਹੈ? ਦੇਖੋ ਜੀ, ਕੁੜੀ ਆ ਤੇ ਮੁੰਡੇ ਦਾ ਚੱਕਰ ਚੱਲਦਾ ਹੋ, ਸਾਨੂੰ ਕੋਈ ਪਤਾ ਨਹੀਂ, ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਸਾਨੂੰ ਘਰ 'ਚ। ਕਿਹੜੇ ਏਰੀਆ ਜੀ? ਕਨੇਜ ਆ ਜੀ। ਦੇਖੋ 8 ਤਰੀਕ ਨੂੰ ਕੁੜੀ ਘਰੇ ਆਉਂਦੀ ਆ ਸਾਡੇ, ਮੈਂ ਉਹਨੂੰ ਛੱਡ ਕੇ ਆਉਂਦੀ ਆ। ਮਹਾਂ ਪੁੱਤ ਇਹ ਕੰਮ ਨਹੀਂ ਚੰਗਾ, ਆਪਾਂ ਕਰਦੇ ਆ। ਕੀ ਨਾਮ ਕੁੜੀ ਦਾ? ਕੁੜੀ ਦਾ ਜੀ ਰਮਨਪ੍ਰੀਤ ਆ। ਕੁੜੀ ਦਾ ਰਮਨਦੀਪ। ਕੁੜੀ ਕਿੱਥੇ ਰਹਿੰਦੀ ਆ? ਕੁੜੀ ਕਨੇਜ ਆ ਜੀ, ਪਿੰਡ ਦੀ ਹੋਈ ਆ। ਮੈਂ ਕਿਹਾ ਪੁੱਤ ਇਹ ਕੰਮ ਆਪਣੇ ਘਰਾਂ 'ਚ ਚੱਲਦਾ ਨਹੀਂ, ਤੂੰ ਰਹਿਣ ਦੇ। ਫਿਰ ਮੈਂ ਉਹਨੂੰ ਛੱਡ ਆਈ। ਮੈਂ ਦੂਏ ਦਿਨ ਉਹਦੀ ਪਾਰਲਰ 'ਚ ਲੱਗੀ ਸੀ, ਉਹਦੀ ਮਾਸੀ ਉਹਨੂੰ ਮੈਂ ਅਲਾਂਬਾ ਦੇ ਕੇ ਆਈ ਹਾਂ। ਮਹਾਂ ਵੀ ਦੇਖ ਲੈ, ਕੁੜੀ ਨੇ ਕਣ ਕਣ ਕਰਿਆ ਸਾਡੇ ਘਰੇ ਆ ਗਈ। ਉਹਦੀ ਮਾਸੀ ਕਹਿੰਦੀ ਸਾਨੂੰ ਪਤਾ। ਮਹਾਂ ਜੇ ਤੁਹਾਨੂੰ ਪਤਾ ਤੁਸੀਂ ਜਦੇ ਆ ਜਾਂਦੇ। ਕਹਿੰਦੀ ਮੇਰੀ ਭੈਣ ਉਹ ਉੱਥੇ ਖੜੀ ਰਹੀ ਆ, 20 'ਚ ਸਤਰੀ ਲੈ ਕੇ ਮੀਂਹ ਬਹੁਤ ਪੈਂਦਾ ਸੀ। ਮਹਾਂ ਫਿਰ ਤੇਰੀ ਭੈਣ ਆ ਜਾਂਦੀ, ਤੂੰ ਵੀ ਆ ਜਾਂਦੀ। ਕਹਿੰਦੀ ਕੋਈ ਗੱਲ ਨਹੀਂ। ਫਿਰ ਅਸੀਂ ਜੀ ਤੀਏ ਦਿਨ ਦਿੱਤੀ ਆ ਰਿਪੋਰਟ ਵੀ ਸਾਡਾ ਮੁੰਡਾ ਲਾਪਤਾ, ਸਾਨੂੰ ਪਤਾ ਨਹੀਂ ਲੱਗਦਾ ਕਿਤੇ। ਫਿਰ 11 ਤਰੀਕ ਨੂੰ ਮੁੰਡੇ ਦੇ ਫੋਨ ਆਏ ਆ ਸਾਨੂੰ, ਕਹਿੰਦਾ ਮੰਮੀ ਕਿੱਥੇ ਆ? ਮਹਾਂ ਮੈਂ ਪੁੱਤ ਘਰੇ ਆ, ਵੀ ਆ ਜਾ ਰੋਟੀ ਖਾਣੀ ਆ। ਕਹਿੰਦਾ ਘਰੇ ਹੈਗਾ ਕੋਈ? ਮਹਾਂ ਘਰੇ ਕੋਈ ਨਹੀਂ ਹੈਗਾ। ਫਿਰ ਕਹਿੰਦਾ ਕਿ ਮੇਰੇ ਮਗਰ ਬੰਦੇ ਲੱਗੇ ਹੋਏ ਨੇ, ਪਿੱਛਾ ਕਰਦੇ ਨੇ ਮੇਰਾ, ਮੈਨੂੰ ਖਤਰਾ ਬਹੁਤ ਆ, ਮੇਰੀ ਗਰਾਰੀ ਫਸ ਗਈ, ਮੇਰੇ ਪੁੱਤ ਨੇ ਮੈਨੂੰ ਕਿਹਾ ਆਪ। ਫਿਰ ਮੈਂ ਇਹਨਾਂ ਨੂੰ ਉੱਧਰ, ਮੈਂ ਮੇਰੇ ਦਿਓਰ ਕੋ ਗਈ, ਉਹ ਵੀ ਦੇਖ ਕੇ ਆ, ਸਾਰੇ ਸਾਨੂੰ ਕਿਤੇ ਨਹੀਂ ਲੱਭਿਆ। ਫਿਰ ਉਹ ਕਹਿੰਦਾ ਘਰੇ ਵੀ ਆਉਣਗੇ। ਫਿਰ ਮਾਂ ਪੁੱਤ ਉਹ ਘਰੇ ਵੀ ਆ ਸਾਡੇ ਆਏ ਨੇ, ਸਾਨੂੰ ਉਹਨਾਂ ਨੇ ਉਲਝਾ ਲਿਆ, ਜਾਨੂੰ ਉੱਧਰ ਕੰਮ ਉਹਨਾਂ ਨੇ ਕਰਦਾ, ਵੀ ਸਾਨੂੰ ਸ਼ੱਕ ਉਹਨਾਂ 'ਤੇ ਹੀ ਆ ਵੀ ਮੇਰਾ ਪੁੱਤ ਉਹਨਾਂ ਨੇ ਉਹ ਕਰਿਆ। ਕਿੱਥੇ ਬੇਟੇ ਦੀ ਬੋਡੀ ਕਿੱਥੇ ਮਿਲੀ ਤੁਹਾਨੂੰ? ਸਾਨੂੰ ਰੇਲਵੇ ਰੋਡ ਤੇ ਮਿਲੀ ਹੈ ਜੀ। ਰੇਲਵੇ ਰੋਡ ਤੇ ਮਿਲੀ ਹੈ ਸਾਨੂੰ। ਰੇਲਵੇ ਰੋਡ ਤੇ ਨਹੀਂ, ਰੇਲਵੇ ਲਾਈਨਾਂ ਤੇ ਨਹੀਂ, ਨਾ ਤੇ ਸਾਈਡ ਤੇ। ਹਾਂ ਸਾਈਡ ਦੇ ਉੱਪਰ। ਕਿੱਥੇ ਲੱਗਿਆ ਸੀ? ਕੀ ਚੋਟਾ ਲੱਗੀ? ਇੱਥੇ ਛੱਤ ਲੱਗੀ ਸੀ। ਸਿਰ 'ਚ ਲੱਗੀ ਆ ਜੀ ਇੱਥੇ ਸਰ। ਮੰਗ ਕੀ ਕਰਦੇ ਹੋ ਤੁਸੀਂ? ਅਸੀਂ ਮੰਗ ਜੀ ਕੁਛ ਨਹੀਂ, ਅਸੀਂ ਤਾਂ ਐਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਪੁੱਤ ਦਾ। ਜਿਹੜੀ ਮਾਂ ਦਾ ਪੁੱਤ ਅੱਜ ਇੱਕ ਵਾਰ ਦੁਨੀਆ ਤੇ ਚਲੇ ਜਾਵੇ, ਮਾਂ ਦਾ ਕੋਈ ਜਿਉਣ ਦਾ ਤਰਕ ਨਹੀਂ ਹੈ। ਤੁਸੀਂ ਐਲੀਗੇਸ਼ਨ ਆ ਰਹੇ ਨੇ, ਉਹ ਤੁਸੀਂ ਕਹਿੰਦੇ ਕਿਦਾਂ ਦੀ ਫੈਮਿਲੀ, ਕਿਦਾਂ ਦੀ ਆ ਉਹ ਕੁੜੀ ਵਾਲੇ? ਕੁੜੀ ਵਾਲੇ ਕੁੜੀ ਵਾਲੇ ਜੀ ਫੈਮਿਲੀ ਠੀਕ ਆ, ਵੀ ਸਾਨੂੰ ਜਾਣੀ ਸ਼ੱਕ ਉਹਨਾਂ 'ਤੇ ਹੀ ਆ ਜਾਣੀ। ਪਹਿਲਾਂ ਵੀ ਇਹਨਾਂ ਦਾ ਕਈ ਵਾਰ ਝਗੜਾ ਹੋਇਆ ਜਾਣੀ, ਸਾਨੂੰ ਕੋਈ ਪਤਾ ਨਹੀਂ ਸੀਗਾ। ਆਹ ਮੁੰਡਾ, ਆਹ ਮੇਰੇ ਨਣਦਾ ਦਾ ਮੁੰਡਾ, ਇਹਨੂੰ ਪੁੱਛੋ ਕੀ ਵਾ, ਕਈ ਗੱਲਬਾਤ ਹੁੰਦੀ ਸੀ ਪਹਿਲਾਂ। ਲਿਖਾਓ ਰਿਪੋਰਟ, ਲਿਖਾਈਏ, ਸਾਡੀ ਸੁਣੀ ਨਹੀਂ ਕਿਸੇ ਨੇ। ਪੁਲਿਸ ਵਾਲੇ ਸਾਡਾ ਜਮਾਂ ਹੀ ਨਹੀਂ ਸੁਣਦੇ ਹੈਗੇ। ਸਾਨੂੰ ਦੱਸੋ ਅਸੀਂ ਹੁਣ ਕੀ ਕਰੀਏ? ਕੀ ਇਹਨਾਂ ਪਿੱਛੇ ਕੋਈ ਰਾਜਨੀਤਿਕ ਹੱਥ ਤਾਂ ਨਹੀਂ? ਨਹੀਂ ਨਹੀਂ। ਹਾਂਜੀ ਬਾਈ ਜੀ। ਹਾਂਜੀ, ਕੀ ਨਾਮ ਜੀ? ਮੇਰਾ ਨਾਮ ਗੁਰਦਰਸ਼ਨ ਸਿੰਘ ਹੈ ਜੀ, ਪਿੰਡ ਦੁੱਗਰੀ ਜੀ। ਕੀ ਮਾਮਲਾ, ਘਟਨਾ ਕੀ ਹੋਈ, ਕੀ ਕਿੱਦਾਂ ਦੇਖ ਰਹੇ ਹੋ? ਮੇਰੀ ਵਰਕਸ਼ਾਪ ਹੈ ਸਾਹਨੇ ਵਾਲੀ, ਜਿੱਥੇ ਮੈਂ ਕੰਮ ਕਰਦਾ ਜੀ। ਅਤੇ ਉੱਥੇ ਜਦੋਂ ਇਹਨੇ ਆਉਣਾ ਹੁੰਦਾ ਸੀ, ਇਹ ਮੈਨੂੰ ਮਿਲਦਾ ਸੀਗਾ ਜੀ, ਆਉਣਾ ਜਾਣਾ। ਇਹਨੇ ਮੈਨੂੰ ਇੱਕ ਦੋ ਵਾਰੀ ਇਹਨੇ ਦੱਸਿਆ ਵੀ ਆਇਆ ਅਤੇ ਗੱਲ ਆ। ਹਾਂਜੀ, ਮੇਰੇ ਭਾਈ ਨੇ ਗੁਰੇ ਨੇ ਜੀ, ਅਤੇ ਵੀ ਮੈਨੂੰ ਉਹ ਕੁੜੀ ਦਾ ਚਾਚਾ ਤੰਗ ਕਰਦਾ ਜੀ, ਵੀ ਜਿੱਧਰ ਮੈਂ ਜਾਂਦਾ ਜਦੀ ਮੇਰੇ ਮਗਰ ਆ ਜਾਂਦਾ। ਹੋਰ ਵੀ ਕੋਈ ਕੰਮ ਜਾਂਦਾ ਸੀ ਤਾਂ ਵੀ ਇਹਦੇ ਪਿੱਛੇ ਆਉਣਾ ਜੀ, ਜੇ ਫੈਕਟਰੀ ਉਹਨੇ ਜਾਣਾ ਤਾਂ ਵੀ ਪਿੱਛੇ ਆਉਣਾ, ਜੇ ਛੁੱਟੀ ਕਰਨੀ ਤਾਂ ਵੀ ਪਿੱਛੇ ਜਾਂਦਾ ਸੀ। ਉਹ ਉਹਨੂੰ ਡਰਾਉਂਦਾ ਧਮਕਾਉਂਦਾ ਸੀਗਾ ਜੀ, ਪਹਿਲਾਂ ਤੋਂ ਆਟੋ ਇੱਕ ਚਲਾਉਂਦਾ ਹੁੰਦਾ ਸੀ, ਇੱਕ ਬੰਦਾ ਪਿੱਛੇ ਹੁੰਦਾ ਸੀਗਾ ਜੀ।
ਹਾਂਜੀ ਉਹ ਕਹਿੰਦਾ ਮੈਨੂੰ ਕੁੱਟ ਮਾਰਨ ਨੂੰ ਫਿਰਦੇ ਆ ਜੀ ਇਹ ਗੱਲ ਮੈਨੂੰ ਕਹਿੰਦਾ ਹੁੰਦਾ ਸੀਗਾ ਜੀ ਮੀਮੋ ਹਾਸਲ ਹੋਈ ਸੀ ਤੇ ਕਿਲੋਮੀਟਰ ਨੰਬਰ ਹੈ 357 ਦਾ 12-13 ਇਸ 'ਤੇ ਉਹਨਾਂ ਦੱਸਿਆ ਸੀ ਕਿ ਇੱਕ ਅਨਨੋਨ ਡੈਡ ਬੋਡੀ ਫਾਟਕਾਂ ਦੇ ਕੋਲ ਮਿਲੀ ਹੈ ਜਿਸ 'ਤੇ ਕਾਰਵਾਈ ਕੀਤੀ ਜਾਵੇ ਅਤੇ ਉਸ 'ਤੇ ਸਾਡੇ ASI ਪ੍ਰੇਮ ਸਿੰਘ ਚੌਂਕੀ ਥਾਣੇ ਵਾਲਿਆਂ ਨੇ ਕਾਰਵਾਈ 174 ਦੀ ਕਾਰਵਾਈ ਕੀਤੀ ਸੀ ਅਤੇ ਡੈਡ ਬੋਡੀ ਨੂੰ ਸਿਵਲ ਹਸਪਤਾਲ ਮੋਰਚਰੀ 'ਚ ਰਖਾ ਦਿੱਤਾ ਸੀ। ਸਰ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਵੀ ਇਹਦੀ ਕੋਈ ਰੇਲ ਹਾਦਸਾ ਨਹੀਂ ਹੋਇਆ, ਵੀ ਇਹਦੇ ਨਾਲ ਕਤਲ ਕੀਤਾ ਗਿਆ, ਵੀ ਇਹਦੀ ਜਾਂਚ ਕੀਤੀ ਜਾਵੇ, ਜਿੱਥੋਂ ਤੱਕ ਨਹੀਂ ਜਾਂਚ ਕੀਤੀ ਜਾਊਗੀ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ, ਸੰਸਕਾਰ ਨਹੀਂ ਕੀਤਾ ਜਾਊਗਾ। ਸਰ ਜਿਹੜੀ ਕਾਰਵਾਈ ਉਹ ਬਿਆਨ ਲਿਖਾ ਦੇਣਗੇ, ਜੋ ਪੋਸਟਮਾਰਟਮ ਤੋਂ ਬਾਅਦ ਰਿਪੋਰਟ ਆ ਜਾਊਗੀ ਅਸੀਂ ਕਾਰਵਾਈ ਕਰ ਦੇਵਾਂਗੇ। ਹੁਣ ਤੱਕ ਸਾਡੇ ਕੋਲ ਤਾਂ ਕਿਸੇ ਨੇ ਬਿਆਨ ਵੀ ਨਹੀਂ ਲਿਖਾਇਆ। ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਸੀ ਤੁਹਾਡੇ ਵੱਲੋਂ ਜੀ? ਹਾਂਜੀ ਹਾਂਜੀ, ਕੱਲ੍ਹ ਮੈਂ ਆਪ ਸਾਹਨੇ ਵਾਲ ਜਾ ਕੇ ਮੀਟਿੰਗ ਕਰਕੇ ਆਇਆ, ਪਰਸੋਂ ਆਪ ਉਰੇ ਆਏ ਸੀ, ਤਾਂ ਹੀ ਸ਼ਨਾਖਤ ਹੋਈ ਹੈ ਕਿ ਇਹ ਡੈੱਡ ਬੋਡੀ ਹੈ ਜਿਹੜੀ ਹਰਿੰਦਰ ਸਿੰਘ ਸਨ ਅਵਤਾਰ ਸਿੰਘ ਦੀ ਹੈ। ਅਤੇ ਸਰ ਕੋਈ ਸੀ ਸੀ ਕੈਮਰੇ ਦੀ ਜਾਂਚ ਵੀ ਕੀਤੀ ਜਾਊਗੀ, ਤੁਸੀਂ ਕਿੱਦਾਂ ਉਹ ਹਰ ਪਹਿਲੂ ਨੂੰ ਜਿਹੜਾ ਪਹਿਲੂ ਮੱਦੇਨਜ਼ਰ ਸਾਰਿਆਂ ਰੱਖ ਕੇ ਜਾਂਚ ਕੀਤੀ ਜਾਊਗੀ। ਜੇ ਕੋਈ ਸਾਡੇ ਕੋਲ ਬਿਆਨ ਆ ਕੇ ਲਿਖਾ ਦੇਣਗੇ ਅਸੀਂ ਕਾਰਵਾਈ ਕਰ ਦੇਵਾਂਗੇ, ਜਿਹੋ ਜਿਹੀ ਪੋਸਟਮਾਰਟਮ ਰਿਪੋਰਟ ਆਊਗੀ।